ਤੁਹਾਨੂੰ ਬੈਂਕਾਂ ਦਾ ਕੋਈ ਵੀ ਕੰਮ ਹੈ ਜਾਂ ਫਿਰ ਕੋਈ ਵੀ ਵੱਡੀ ਰਕਮ ਬੈਂਕ 'ਚੋਂ ਕਢਵਾਉਣ ਬਾਰੇ ਤੁਸੀਂ ਸੋਚ ਰਹੇ ਹੋ ਕੁਛ ਜਾਂ ਫਿਰ ਬੈਂਕਾਂ ਦੇ ਆਉਣ ਵਾਲੇ ਕੁਛ ਦਿਨਾਂ ਵਿੱਚ ਤੁਸੀਂ ਲੈਣ ਦੇਣ ਕਰਨ ਦੀ ਸੋਚ ਰਹੇ ਹੋ ਤਾਂ 20 ਦਸੰਬਰ ਤੋਂ ਪਹਿਲਾਂ ਹੀ ਕਰ ਲਿਓ। 21 ਦਸੰਬਰ ਤੋਂ ਬੈਂਕਾਂ 5 ਦਿਨਾਂ ਲਈ ਬੰਦ ਰਹਿਣਗੀਆਂ। ਸਾਲ ਦੇ ਆਖਰੀ ਦਿਨਾਂ ਵਿੱਚ ਬੈਂਕਾਂ 'ਚ ਸਾਲ ਦੀ ਸਭ ਤੋਂ ਵੱਡੀ ਹੜਤਾਲ ਹੋਣ ਜਾ ਰਹੀ ਹੈ। 10 ਲੱਖ ਬੈਂਕ ਅਧਿਕਾਰੀ 21 ਦਸੰਬਰ ਤੋਂ ਹੜਤਾਲ ਕਰਨਗੇ ਅਤੇ 5 ਦਿਨਾਂ ਤੱਕ ਬੈਂਕਾਂ ਦਾ ਕੋਈ ਵੀ ਕੰਮ ਨਹੀਂ ਹੋ ਸਕੇਗਾ, ਯਾਨੀ ਕਿ ਚੈੱਕ ਰਾਹੀਂ ਭੁਗਤਾਨ, ਚਲਾਨ, ਬੈਂਕ ਡਰਾਫਟ ਆਦਿ ਕੋਈ ਵੀ ਕੰਮ ਨਹੀਂ ਹੋ ਸਕੇਗਾ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ, ਏਟੀਐਮ ਵਿੱਚ ਵੀ ਕੈਸ਼ ਦੀ ਕਮੀ ਨਾਲ 2-4 ਹੋਣਾ ਪੈ ਸਕਦਾ ਹੈ। ਇੱਥੇ ਤੁਹਾਨੂੰ ਦੱਸ ਦੇਈਏ ਕਿ ਅਸਲ ਵਿੱਚ ਤਾਂ ਬੈਂਕਾਂ ਦੀ ਹੜਤਾਲ 2 ਦਿਨਾਂ ਦੀ ਹੈ, ਪਰ ਬੈਂਕਾਂ 21 ਤੋਂ 26 ਦਸੰਬਰ ਤੱਕ ਬੰਦ ਰਹਿਣਗੀਆਂ। 21 ਦਸੰਬਰ ਨੂੰ ਬੈਂਕ ਕਰਮਚਾਰੀ ਹੜਤਾਲ ਕਰਨਗੇ ਅਤੇ 22 ਦਸੰਬਰ ਨੂੰ ਸੈਕਿੰਡ ਸੈਚਰਡੇ ਦੇ ਕਾਰਨ ਬੈਂਕਾਂ ਵਿੱਚ ਛੁੱਟੀ ਰਹੂਗੀ। 23 ਦਸੰਬਰ ਨੂੰ ਐਤਵਾਰ ਦੀ ਛੁੱਟੀ ਰਹੂਗੀ ਅਤੇ 24 ਦਸੰਬਰ ਨੂੰ ਬੈਂਕਾਂ ਖੁੱਲ੍ਹੀਆਂ ਰਹਿਣਗੀਆਂ ਅਤੇ 25 ਦਸੰਬਰ ਨੂੰ ਕ੍ਰਿਸਮਿਸ ਦੀ ਛੁੱਟੀ ਹੋਣ ਕਾਰਨ ਬੈਂਕਾਂ ਬੰਦ ਰਹਿਣਗੀਆਂ। 26 ਦਸੰਬਰ ਨੂੰ ਬੈਂਕ ਕਰਮਚਾਰੀਆਂ ਦੀ ਫਿਰ ਤੋਂ ਹੜਤਾਲ ਹੋਏਗੀ। ਇਸ ਤਰ੍ਹਾਂ ਬੈਂਕ 5 ਦਿਨ ਲਈ ਬੰਦ ਰਹਿਣਗੇ। ਬਿਊਰੋ ਰਿਪੋਰਟ, PSS ਸਮਾਚਾਰ।